ਕਦੀ ਲੋਕਾਂ ਨੂੰ ਗੁੰਮਰਾਹ ਨਹੀਂ ਕਰਦੀਆਂ, ਝੂਠ ਨਹੀਂ ਬੋਲਦੀਆਂ, ਕਿਉਂਕਿ ਜੇ ਗੁੰਮਰਾਹ ਕਰਦੀਆਂ ਵਾ ਤੇ ਫਿਰ ਉਹਨਾਂ ਦੀ ਕ੍ਰੈਡੀਬਿਲਿਟੀ ਖਤਮ ਹੋ ਜਾਂਦੀ ਹੈ। ਆਪਾਂ ਨੂੰ ਪਤਾ ਹੀ ਆ ਕਿ ਪਾਕਿਸਤਾਨ ਦੀ ਕ੍ਰੈਡੀਬਿਲਿਟੀ ਸ਼ਾਇਦ ਇਸੇ ਕਰਕੇ ਖਤਮ ਹੋਈ, ਲੋਕ ਉੱਥੋਂ ਦੇ ਕਹਿੰਦੇ ਆ ਕਿ ਅਸੀਂ ਅੱਤਵਾਦ ਨੂੰ ਸਪੋਰਟ ਨਹੀਂ ਕਰਦੇ, ਪਰ ਅੰਦਰਲੇ ਖਾਤੇ ਸਭ ਨੂੰ ਪਤਾ ਵਾ ਕਿ ਸਰਕਾਰ ਵੀ ਉਸ ਕੰਪਨੀ ਲਈ ਸਪੋਰਟ ਕਰ ਸਕਦੀ ਹੈ। ਰੋਜ਼ ਨਾਲ ਸਾਨੂੰ ਕਹਿਣਾ ਪੈਂਦਾ ਕਿ ਸਾਡੀ ਸਰਕਾਰ ਵੀ ਉਸੇ ਦੀ ਗੱਲ ਕਰਦੀ ਹੈ। ਰਹਿਣ ਦੇ ਉੱਥੇ ਕੀਤਾ ਗਿਆ ਉਹ ਗੈਰ ਸੰਵਿਧਾਨਿਕ ਆ ਔਰ ਫੈਡਰਲ ਢਾਂਚੇ ਦੇ ਉੱਤੇ ਸਿੱਧਾ ਤੇ ਸਿੱਧਾ ਹਮਲਾ ਵਾ। ਔਰ ਇਹਦੇ ਸਾਡੇ ਹਿਸਾਬ ਦੇ ਨਾਲ ਦੋ ਪਹਿਲੂ ਆ। ਇੱਕ ਤੇ ਪਹਿਲੂ ਆ ਕਿ 370 ਧਾਰਾ ਜਿਹੜੀ ਆ ਉਹ ਖਤਮ ਕੀਤੀ ਗਈ ਆ। 370 ਧਾਰਾ ਇਹ ਠੀਕ ਆ ਕਿ ਇੱਕ ਟੈਂਪਰਰੀ ਮੇਜਰ ਸੀ, ਟ੍ਰਾਂਜੀਸ਼ਨਲ ਮੇਜਰ ਸੀ। ਕੀ ਸੰਵਿਧਾਨ ਦੇ ਵਿੱਚ ਇਕੱਲਾ ਹੀ ਇਹੋ ਜਿਹਾ ਮੇਜਰ ਹੈ ਜਿਹੜਾ ਟੈਂਪਰਰੀ ਜਾਂ ਪ੍ਰੋਵੀਜ਼ਨਲ ਹੈ? ਸੰਵਿਧਾਨ ਦੇ ਵਿੱਚ ਘੱਟੋ ਘੱਟ ਵੀ 3-4 ਚੀਜ਼ਾਂ ਹੋਰ ਮੈਂ ਗਿਣਾ ਸਕਦੀਆਂ ਜਿਹੜੀਆਂ ਟੈਂਪਰਰੀ ਮੇਜਰ ਹੈ, ਜਿਹੜੇ ਲਗਾਤਾਰ 70 ਸਾਲ ਤੋਂ ਚੱਲ ਰਹੇ ਹੈ। ਪ੍ਰੀਵੈਂਟਿਵ ਡਿਟੈਂਸ਼ਨ ਸਿਰਫ ਕੁਝ ਸਾਲਾਂ ਵਾਸਤੇ ਸੀ, ਪਰ ਅੱਜ ਵੀ ਪ੍ਰੀਵੈਂਟਿਵ ਡਿਟੈਂਸ਼ਨ ਹੁੰਦੀ ਆ। ਔਰ ਅੱਜ ਵੀ ਜਿਵੇਂ ਪੰਜਾਬ ਦੇ ਲੀਡਰ ਪਹਿਲਾਂ ਪ੍ਰੀਵੈਂਟਿਵ ਡਿਟੈਂਸ਼ਨ ਚ ਅੰਦਰ ਹੁੰਦੇ ਰਹੇ ਆ, ਜੇ ਐਂਡ ਕੇ ਦੇ ਲੀਡਰ ਪ੍ਰੀਵੈਂਟਿਵ ਡਿਟੈਂਸ਼ਨ ਚੱਲ ਰਹੇ। ਇਸੇ ਤਰ੍ਹਾਂ ਜਿਹੜੀਆਂ ਐਸ ਸੀ ਐਸ ਟੀ ਵਰਗ ਨੂੰ ਜਿਹੜੀਆਂ ਸਹੂਲਤਾਂ ਦਿੱਤੀਆਂ ਵਾ ਉਹ ਵੀ ਟੈਂਪਰਰੀ ਮੇਜਰ ਆ। ਪਰ ਇਹ ਸੋਚਿਆ ਗਿਆ ਕਿ ਇਹ ਵਾਪਸ ਲੈਣ ਨਾਲ ਮੁਲਕ ਦੇ ਵਿੱਚ ਅਨਰੈਸਟ ਵਧੂਗਾ ਔਰ ਉਸ ਉਹਨਾਂ ਵਰਗ ਦੇ ਨਾਲ ਅਸੀਂ ਇਹ ਹਾਲੀ ਉਹਨਾਂ ਨਾਲ ਧੱਕਾ ਕਰਾਂਗੇ। ਸੋ ਉਹ ਟੈਂਪਰਰੀ ਮੇਜਰ ਜਿਹੜਾ ਉਹ ਇੱਕ ਤਰੀਕੇ ਦਾ ਪਰਮਾਨੈਂਟ ਮੇਜਰ ਬਣਿਆ ਵਾ। ਚੰਗੀ ਗੱਲ ਹੈ, ਅਸੀਂ ਉਹਦਾ ਵਿਰੋਧ ਨਹੀਂ ਕਰਦੇ, ਚੰਗੀ ਗੱਲ ਹੈ। ਸੋ ਕਹਿਣ ਦਾ ਭਾਵ ਇਹ ਆ ਕਿ ਇਹ ਇਹ ਕਹਿ ਕੇ ਕਿ ਟੈਂਪਰਰੀ ਮੇਜਰ ਜਿਹਨੂੰ ਖਤਮ ਕੀਤਾ ਜਾ ਰਿਹਾ ਵਾ, ਇਹ ਮੇਰੇ ਖਿਆਲ ਲੋਕਾਂ ਨੂੰ ਫਿਰ ਬੁਰਾ ਕਰਨ ਦੀ ਇੱਕ ਕੋਸ਼ਿਸ਼ ਹੈ। ਜੇ 370 ਖਤਮ ਹੀ ਕਰਨਾ ਸੀ, ਉਹਦੀ ਇੱਕ ਪ੍ਰਕਿਰਿਆ ਵਾ, ਇੱਕ ਸਿਸਟਮ ਹੈ, ਔਰ ਉਹ ਸਿਸਟਮ ਇਹ ਆ ਕਿ ਉੱਥੋਂ ਦੀ ਕੋਨਸਟੀਟਿਊਟ ਅਸੈਂਬਲੀ, ਉੱਥੋਂ ਦੀ ਚੁਣੇ ਹੋਏ ਨੁਮਾਇੰਦੇ, ਉੱਥੋਂ ਦੀ ਵਿਧਾਨ ਸਭਾ, ਉੱਥੋਂ ਦੀ ਸਟੇਟ ਅਸੈਂਬਲੀ ਪਹਿਲਾਂ ਉੱਥੇ ਮਤਾ ਪਾਸ ਕਰੇ, ਉੱਥੇ ਬਹਿਸ ਹੋਵੇ, ਮਤਾ ਪਾਸ ਕਰੇ ਤੇ ਫਿਰ ਉਹ ਉਸ ਤੋਂ ਬਾਅਦ ਉਹ ਕੇਂਦਰ ਦੇ ਵਿੱਚ ਪਾਰਲੀਮੈਂਟ ਦੇ ਲੋਕ ਸਭਾ ਰਾਜ ਸਭਾ ਦੇ ਵਿੱਚ। ਤੁਸੀਂ ਉੱਥੋਂ ਦੇ ਲੋਕਾਂ ਨੂੰ ਉੱਥੋਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਕਾਨਫਰੰਸ ਬਿਨਾਂ ਲਏ ਹੋਏ ਇਹ ਨਹੀਂ ਕਰ ਸਕਦੇ।